ਸਾਡੇ ਨਾਲ ਇੰਡਸਟਰੀਅਲ ਏਰੀਆ ਦੇ ਲੋਕ ਪਹੁੰਚੇ ਸੀ, ਉਹ ਇੱਥੇ ਪਹੁੰਚੇ ਸੀ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਤੁਹਾਡੀ ਕੀ ਮੰਗ ਸੀਗਾ? ਮੈਂ ਰਜਿੰਦਰ ਪ੍ਰਸਾਦ ਮਹਾਜਨ, MCC ਸਪੋਰਟਸ ਏਜੰਸੀ ਪ੍ਰਾਈਵੇਟ ਲਿਮਿਟਡ। ਮੇਰੀ ਜਿਹੜੀ ਮੰਗ ਹੈਗੀ, ਪਹਿਲੀ ਮੰਗ ਇਹ ਆ ਕਿ ਲੈਦਰ ਕੰਪਲੈਕਸ ਦੇ ਮੋੜ ਦੇ ਉੱਤੇ ਟ੍ਰੈਫਿਕ ਲਾਈਟਸ ਹੈ ਨਹੀਂ, ਜਿਹਦੇ ਕਰਕੇ ਐਕਸੀਡੈਂਟ ਹੋਣ ਦਾ ਬਹੁਤ ਜ਼ਿਆਦਾ ਖਤਰਾ ਰਹਿੰਦਾ ਹੈਗਾ। ਉਹ ਮੈਂ CP ਸਾਹਿਬ ਨੂੰ ਆਪਣੀ ਮੰਗ ਦੱਸੀ ਆ, ਉਹ ਕਹਿੰਦੇ ਤੁਸੀਂ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਲਿਖੋ ਅਤੇ ਕਾਪੀ ਮੈਨੂੰ ਦਿਓ ਤਾਂ ਕਿ ਮੈਂ ਇਹ ਕੰਮ ਤੁਹਾਡਾ ਕਰਵਾ ਦੂੰ। ਦੂਸਰਾ, ਉੱਥੇ ਲੈਦਰ ਕੰਪਲੈਕਸ ਵਾਲੀ ਰੋਡ ਦੇ ਉੱਤੇ ਬਸੀ ਪੀਰਦਾਸ ਰੋਡ ਤੋਂ ਲੈ ਕੇ ਲੈਦਰ ਕੰਪਲੈਕਸ ਦੇ ਬਾਹਰ ਤੱਕ ਸਨੈਚਿੰਗ ਬੜੀ ਹੁੰਦੀ ਆ, ਰੋਜ਼ ਹੀ ਸਨੈਚਿੰਗ ਹੁੰਦੀ ਹੈ। ਵਰਕਰ ਸ਼ਾਮ ਨੂੰ ਜਾਂਦੇ ਆ ਆਪਣੇ ਪੈਸੇ ਪੂਸੇ ਲੈ ਕੇ, ਜਾਂ ਉਹਨਾਂ ਦੇ ਕੋਲ ਮੋਬਾਈਲ ਹੁੰਦੇ ਆ ਜਾਂ ਸਾਈਕਲ ਹੁੰਦੀ ਆ, ਉਹ ਸਾਰੇ ਖੋਲ ਲੈਂਦੇ ਆ। ਔਰ ਇਸ ਬਾਰੇ ਵੀ ਮੈਂ CP ਸਾਹਿਬ ਨੂੰ ਦੱਸਿਆ ਹੈਗਾ, ਉਹ ਕਹਿੰਦੇ ਇਹਦਾ ਵੀ ਬੰਦੋਬਸਤ ਹੋ ਜਾਏਗਾ। ਸਰ, ਤੁਹਾਡੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਉਹਨਾਂ ਨੇ ਤੁਹਾਡੇ ਨਾਲ ਕੀਤਾ? ਹਾਂ, ਬਿਲਕੁਲ ਕੀਤਾ ਹੈਗਾ, ਹੁਣ ਦੇਖਦੇ ਹਾਂ ਕਿੱਥੇ ਤੱਕ ਵਾਅਦਾ ਪੂਰਾ ਹੁੰਦਾ। ਅੱਜ ਜਲੰਧਰ ਦੇ ਵਿੱਚ ਪੁਲਿਸ ਕਮਿਸ਼ਨਰ ਦੇ ਵੱਲੋਂ ਨਿੱਜੀ ਹੋਟਲ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿੱਥੇ ਲੋਕਾਂ ਦੀ ਮੁਸ਼ਕਿਲਾਂ ਸੁਣੀਆਂ ਗਈਆਂ ਹਨ। ਅਸੀਂ ਅੱਜ ਗੱਲਬਾਤ ਕਰਦੇ ਹਾਂ ਲੋਕਾਂ ਦੇ ਨਾਲ। ਮੈਂ ਮੁਸ਼ਕਿਲਾਂ ਦੇਖੋ ਟ੍ਰੈਫਿਕ ਦੇ ਰਿਲੇਟਡ ਵੀ ਸੀਗੀਆਂ, ਹੋਰ ਬਹੁਤ ਸੀਗੀਆਂ ਕਿ ਜਿਹੜੀ ਗਾਰਡਸ ਹਰੇਕ ਨੇ ਲਗਾਏ ਹੋਏ ਹੈ, ਹਰੇਕ ਨੇ ਸਿਕਿਉਰਟੀ ਗਾਰਡਸ ਲਗਾਏ ਹੋਏ ਹੈ, ਆਪਣੀ ਸਾਰਿਆਂ ਨੇ ਸਿਕਿਉਰਟੀਜ਼ ਵੀ ਰੱਖੀਆਂ ਹੋਈਆਂ, ਬਟ ਕਿਸੇ ਟਾਈਮ ਕੀ ਹੁੰਦਾ, ਕੋਈ ਡਰੰਕ ਐਂਡ ਡਰਾਈਵਰ ਹੁੰਦੇ ਆ ਜਿਹੜੇ ਨਹੀਂ ਸੁਣ ਕੇ ਅਜੀ ਹੁੰਦੇ, ਡਰੰਕ ਐਂਡ ਡਰਾਈਵਰ ਹੁੰਦੇ ਜਿਹੜੇ ਨਹੀਂ ਸੁਣ ਕੇ ਅਜੀ ਹੁੰਦੇ। ਉਹਦੇ ਕਰਕੇ CP ਸਾਹਿਬ ਨਾਲ ਵੀ ਅਸੀਂ ਗੱਲ ਕੀਤੀ ਹੈ ਕਿ ਕਿਸ ਵੇਲੇ ਕੋਈ ਨਜਾਇਜ਼ ਹੀ ਹੁੰਦਾ ਹੈ, ਕਿ ਬਹੁਤ ਜਗ੍ਹਾ 'ਤੇ ਅਸੀਂ ਦੇਖੀਦਾ ਕਿ ਜਾਮ ਲੱਗਾ ਹੁੰਦਾ, ਬਟ ਉਸ ਇੱਕ ਜਾਮ ਲੱਗਾ ਹੁੰਦਾ ਸੀ ਇੱਕ ਗੱਡੀ ਕਰਕੇ, ਜਿਹੜੇ ਡਰੰਕ ਐਂਡ ਡਰਾਈਵਰ ਨੇ ਆ ਕੇ ਵਿਚਾਰੇ ਗੱਡੀ ਲਗਾਈ ਹੁੰਦੀ ਹੈ। ਮੈਡਮ, ਪਹਿਲਾਂ ਤਾਂ ਮੈਂ ਆਪਣੀ ਇੰਟਰੋਡਕਸ਼ਨ ਦੇਵਾਂ, ਮੇਰਾ ਨਾਮ ਰੇਸ਼ ਤਿਵਾਰੀ ਹੈ, ਮੈਂ ਪਲਾਈਵੁੱਡ ਇੰਡਸਟਰੀ ਨੂੰ ਪ੍ਰਜੈਂਟ ਕਰਦਾ ਅਤੇ ਧੋਗੜੀ ਰੋਡ ਮੈਨੂਫੈਕਚਰ ਐਸੋਸੀਏਸ਼ਨ ਆ ਜਿਹੜੀ ਇੱਕ ਸ਼ਹਿਰ ਤੋਂ ਬਾਹਰ ਆ ਰੂਰਲ ਏਰੀਏ 'ਚ ਆ, ਉਹਨੂੰ ਰਿਪ੍ਰਜੈਂਟ ਕਰਦਾ। ਇਹ ਜਿਹੜਾ ਸਹਿਯੋਗ ਇਹਨਾਂ ਨੇ ਮੁਹਿੰਮ ਚਲਾਈ ਆ, ਇਹ 'ਚ ਪੁਲਿਸ ਨੂੰ ਬਹੁਤ ਮਦਦ ਮਿਲਦੀ ਹੈ, ਛੋਟੇ ਛੋਟੇ ਕ੍ਰਾਈਮ ਦੇ ਬਾਰੇ ਪਤਾ ਲੱਗਦਾ। ਜਿੱਦਾਂ ਮੈਂ ਇਹਨਾਂ ਨੂੰ ਕਿਹਾ ਕਿ ਜਿੱਦਾਂ ਟਰਾਂਸਜੈਂਡਰ ਆ, ਹਰ ਪੁਲਿਸ ਦੇ 'ਤੇ ਰੈੱਡ ਲਾਈਟ ਲੱਗੀ ਹੋਈ ਆ, ਉੱਥੇ ਖਲੋਤੇ ਆ, ਨੌਕਿੰਗ ਕਰਦੇ ਵਾਰ ਵਾਰ, ਛੋਟਾ ਛੋਟਾ ਕ੍ਰਾਈਮ ਆ, ਇਹਨਾਂ ਬਾਰੇ ਮੈਂ ਪੁਲਿਸ ਕਿਹਾ। ਬਾਕੀ ਜੋ ਵੀ ਕ੍ਰਾਈਮ ਹੈ ਪੁਲਿਸ ਦੀ ਨੌਲੇਜ ਆ, CP ਸਾਹਿਬ ਨੇ ਦੱਸਿਆ ਕਿ ਅਸੀਂ ਕਿੱਦਾਂ ਕੰਟਰੋਲ ਕਰ ਰਹੇ ਹਾਂ, ਤੁਸੀਂ ਸਾਨੂੰ ਸਹਿਯੋਗ ਕਰੋ, ਅਸੀਂ ਸਹਿਯੋਗ ਕਰਾਂਗੇ। ਦੇਖੋ, ਮੰਗਾਂ ਰੱਖਣਾ ਬੇਟਾ ਕੰਮ ਆ, ਪੂਰੀਆਂ ਹੋਣਾ ਉਮੀਦ ਕੀਤੀ ਜਾ ਸਕਦੀ ਹੈ, ਜ਼ਰੂਰ ਕਰੂਗੇ, ਲੱਗੇ ਹੀ ਇਸ ਕੰਮ ਜਿਹੜੇ ਹੁਣ ਮੈਨੂੰ, ਮੈਂ ਜੇ ਹੁਣ ਪ੍ਰੈਕਟਿਸ ਚਲਾਉਣਾ ਕਿੱਦਾਂ ਚਲਾਉਣੀ ਆ, ਉਦੋਂ ਮੈਨੂੰ ਪਤਾ ਜੇ ਉਹਨਾਂ ਨੇ ਕਮਿਸ਼ਨਰੇਟ ਚਲਾਉਣੀ ਆ, ਕਿਉਂ ਨਹੀਂ ਮਿਹਨਤ ਕਰੂੰਗਾ। ਹਰ ਬੰਦਾ ਚਾਹੁੰਦਾ ਕਿ ਮੈਂ ਆਪਣੇ ਜੋਬ ਨੂੰ ਠੀਕ ਤਰ੍ਹਾਂ ਕਰਾਂ। ਕਮਿਸ਼ਨਰ ਵੱਲੋਂ ਲੋਕਾਂ ਦੀਆਂ ਇੱਥੇ ਮੁਸ਼ਕਿਲਾਂ ਸੁਣੀਆਂ ਗਈਆਂ ਹਨ ਅਤੇ ਉਹਨਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਗਿਆ ਹੈ। ਕੈਮਰਾਮੈਨ ਰਾਹੁਲ ਦੇ ਨਾਲ ਮੈਂ ਸਿਮਰਨ ਜੇਬਡੇ।